ਖਰੜ ਦੇ ਆਸ-ਪਾਸ ਖੇਤਰਾਂ ਵਿੱਚ ਰਾਤੀ ਹੋਈ ਭਾਰੀ ਬਾਰਿਸ਼ ਦੇ ਕਾਰਨ ਰੰਧਾਵਾ ਰੋਡ, ਬੰਟਾਲਾ ਰੋਡ, ਮਾਛੀਪੁਰ, ਘੜੂਆਂ ਸੜਕ ਤੇ ਪਾਣੀ ਦੇ ਨਿਕਾਸ ਲਈ ਬਣੇ ਹੋਏ ਰੇਲਵੇ ਅੰਡਰ ਕਸਬਿਆਂ ਵਿੱਚ ਪਾਣੀ ਭਰ ਜਾਣ ਨਾਲ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਖਰੜ, ਮੋਹਾਲੀ, ਚੰਡੀਗੜ੍ਹ ਆਉਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਰੜ ਦੇ ਵਸਨੀਕ ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਖਰੜ ਤੋਂ ਪਿੰਡ ਬੰਡਾਲਾ ਨੂੰ ਸਕੂਟਰ ਤੇ ਸਵਾਰ ਹੋ ਕੇ ਜਾ ਰਹੇ ਸਨ। ਰੰਧਾਵਾ ਰੇਲਵੇ ਅੰਡਰ ਕਸਬੇ ਵਿੱਚ ਬਹੁਤ ਪਾਣੀ ਭਰਿਆ ਹੋਇਆ ਹੈ ਅਤੇ ਇਸ ਵਿੱਚ ਡੁੱਬਣ ਵਾਲੀ ਗੱਲ ਹੈ। ਦੋ ਪਹੀਆ ਵਾਹਨ ਤਾਂ ਲੰਘ ਹੀ ਨਹੀਂ ਸਕਦਾ। ਜਦੋਂ ਦੇ ਇਹ ਬਣੇ ਹਨ ਉਦੋਂ ਦੀ ਮੁਸ਼ਕਲ ਆ ਰਹੀ ਹੈ। ਕਮੇਟੀ ਵਾਲੇ ਪਾਣੀ ਕੱਢਣ ਲਈ ਇੰਜਨ ਰੱਖਿਆ ਹੋਇਆ ਹੈ, ਸਮੇਂ ਸਿਰ ਪਾਣੀ ਨਹੀਂ ਕੱਢਿਆ ਜਾਂਦਾ। ਰਾਤ ਦਾ ਮੀਂਹ ਪਿਆ ਹੋਇਆ ਹੈ, ਦੁਪਹਿਰ ਤੱਕ ਕੋਈ ਪਾਣੀ ਕੱਢਣ ਲਈ ਨਹੀਂ ਆਇਆ। ਬਰਸਾਤਾਂ ਦੇ ਦਿਨ ਵਿੱਚ ਹੁਣ ਤਾਂ ਰੋਜ਼ਾਨਾ ਹੀ ਮੀਂਹ ਪੈਣਾ ਹੈ। ਇਸੇ ਤਰ੍ਹਾਂ ਬਾਕੀ ਰੇਲਵੇ ਅੰਡਰ ਕਸਬਿਆਂ ਵਿੱਚ ਵੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਬਹੁਤ ਪਾਣੀ ਹੈ, ਜਿੰਨਾ ਕਹਿ ਲਓ ਉਨਾ ਹੀ ਪਾਣੀ ਹੈ। ਡੁੱਬਣ ਵਾਲੀ ਕੰਮ ਹੈ ਬੱਚੇ ਦਾ, ਕੋਈ ਸਕੂਟਰ ਮੋਟਰਸਾਈਕਲ ਲੱਗਦਾ ਹੀ ਨਹੀਂ। ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਨਾ ਕੋਈ ਇਹਦੀ ਕਾਰਵਾਈ ਕੀਤੀ ਜਾਵੇ। ਇਹ ਕਿਆ ਕਿੰਨੀ ਕੁ ਦੇਰ ਤੋਂ ਉਰੇ ਜਿਹੜਾ ਹੈ ਬ੍ਰਿਜ ਦੇ ਤੋਂ ਹੀ ਬਣਿਆ, ਜਦ ਤੋਂ ਹੀ ਬਣੇ ਜਦ ਤੋਂ ਹੀ ਪ੍ਰੋਬਲਮ ਹੈ। ਖਰੜ ਤੋਂ ਡੈਵਿਡ ਵਰਮਾ, ਜੀਵੇ ਪੰਜਾਬ ਟੀਵੀ।